ਬੋਲਣ ਲੱਗੇ ਅੜਦਾ ਸੀ ਮੈਂ ਫੜ ਲਿਆ ਸਰ ਮੈਂ ਕਿਹਾ ਇੱਧਰ ਮਰ ਜਾਣਾ ਥਾਣੇ ਚੱਲ ਬੋਲਣ ਵੇਲੇ ਅੜਦਾ ਸੀ ਤੇ ਫੜ ਕੇ ਲਿਆ ਸਰ ਮਤਲਬ ਤੁਸੀਂ ਕਹਿਣਾ ਜਿਹੜੀ ਜਿਹੜੀ ਚੀਜ਼ ਅੜਦੀ ਹੋਵੇ ਮਤਲਬ ਜਿਹੜੀ ਚੀਜ਼ 'ਚ ਬੰਦਾ ਅੜਦਾ ਹੋਵੇ ਉਹਨੂੰ ਹੱਥ ਨਹੀਂ ਪਾਉਣਾ ਚਾਹੀਦਾ ਮੈਂ ਹੱਥ ਪਾ ਲਿਆ ਸਰ ਕੱਲ੍ਹ ਉਹਨੂੰ ਬੜੀ ਤੂੰ ਅਕਲ ਵਾਲੀ ਗੱਲ ਕੀਤੀ ਉਹਨੇ ਆਪਣੇ ਵੱਲੋਂ ਤੈਨੂੰ ਲੱਗਾ ਹੋਣਾ ਕਿ ਮੈਂ ਐਸਾ ਲੌਜਿਕ ਦੇ ਦਿੱਤਾ ਸਰ ਨੂੰ ਹਾਂਜੀ ਸਰ ਜਿਸ ਤੋਂ ਬਾਅਦ ਸਰ ਦੀ ਬੋਲਤੀ ਬੰਦ ਹੋ ਜਾਣੀ ਹੈ ਸਰ ਮੈਂ ਤਾਂ ਬੇਟਾ ਦੁਨੀਆ ਦਾ ਸਭ ਤੋਂ ਘਟੀਆ ਲੌਜਿਕ ਦਿੱਤਾ ਤੂੰ ਫੜ ਲਿਆ ਉਹਨੂੰ ਉਹਨੇ ਨਹੀਂ ਅੱਗੋਂ ਤੇਰੇ ਛੱਡੀਆਂ ਦੋ ਦਿਨ ਮੁੰਡਾ ਸੀ ਨਾ ਰਿਸਪੈਕਟ ਕਰ ਗਿਆ ਹੋਣਾ ਸਰ ਮੈਂ ਵੀ ਰਿਸਪੈਕਟ ਕਰਦੀ ਸੀ ਤਾਂ ਹੀ ਛੱਡਤਾ ਉਹਨੂੰ ਦੇ ਵਿੱਚ ਆਉਂਦੀ ਹੈ ਬਿੱਲੀਆਂ ਅੱਖਾਂ ਪਰ ਕਹਿੰਦਾ ਬਿੱਲੀਆਂ ਮੇਰੇ ਸੁਪਨਿਆਂ ਦੇ ਵਿੱਚ ਆਉਂਦੀਆਂ ਅੱਛਾ ਕੀ ਕਹਿੰਦੀ ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਹੈ ਬਿੱਲੀਆਂ ਅੱਖਾਂ ਪਰ ਚਿਹਰੇ ਤੇ ਪੜਦਾ ਏ ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਹੈ ਉਹ ਦੂਜਾ ਦਾ ਮੁੰਡਾ ਤੇਰੇ ਤੇ ਮਰਦਾ ਏ ਤੂੰ ਜ਼ਰਾ ਦੇਖਿਆ ਨੀ ਗਾ ਕਿੱਦਾਂ ਰਿਹਾ ਇਹ ਵੀ ਕੀਤਾ ਉਹਨੇ ਸਮਝ ਨੀ ਆਉਂਦੀ ਕਿਹੜਾ ਪਿੱਛਾ ਕਰਦਾ ਏ ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਹੈ ਉਹ ਦੂਜਾ ਦਾ ਮੁੰਡਾ ਤੇਰੇ ਤੇ ਮਰਦਾ ਏ ਉਹਨੂੰ ਦੱਸ ਨਾ ਕਿੱਥੇ ਮਰਦਾ ਆ ਕੇ ਰੋਜ਼ ਤੈਨੂੰ ਮੈਂ ਦੱਸਦੀ ਆ ਉਹ ਤੇਰੇ ਤੇ ਮੁੱਦਾ ਮੂੰਹ ਕੀਤਾ ਇਹਦਾ ਮਤਲਬ ਤੈਨੂੰ ਪਤਾ ਕੌਣ ਆਲਮ ਫਾਜ਼ਿਲ ਦਿਲ ਕਾ ਆਲਮ ਫਾਜ਼ਿਲ ਦਾ ਮੈਨੂੰ ਨਹੀਂ ਪਤਾ ਚੱਲ ਤੈਨੂੰ ਫਾਜ਼ਲ ਦਾ ਨਹੀਂ ਪਹਿਲਾਂ ਤੈਨੂੰ ਫਜ਼ੂਲ ਦਾ ਤੇ ਪਤਾ ਹੋਣਾ ਤੂੰ ਦੋ ਪਈਆਂ ਨਾਲ ਹੀ ਤੂੰ ਚੇਂਜ ਹੋ ਜਾਣਾ ਡਿਸੀਜਨ ਕਦੀ ਨੀ ਕਿਸੇ ਨੂੰ ਤੂੰ ਗੱਲ ਕਹਿ ਸਕਦਾ ਛੱਡੋ ਗੱਲ ਨੂੰ ਲੰਬੀਆਂ ਟਾਈਆਂ ਬੰਨੀਆਂ ਹੁੰਦੀਆਂ ਵਿਆਹਾਂ ਚ ਲੋਕਾਂ ਨੇ ਪਰ ਨਹੀਂ ਅੱਗੇ ਵਾਲੀ ਤਾਂ ਤੇਰੇ ਵਰਗਾ ਪਿੱਛੇ ਲਮਕਣ ਲੈਂਦਾ ਵੱਡੀ ਟਾਈ ਦੇ ਪਿੱਛੇ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ ਤੇ ਉਤੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਅ ਸਾਲ ਗਏ ਅੱਛਾ ਸਾਲੇ ਦੇ ਵਿਆਹ ਦਾ ਪੂਰਾ ਚਾਅ ਸਾਲੀ ਹੈ ਮਤਲਬ ਸਾਲੀ ਵੀ ਤਾਂ ਹੋਊਗੀ ਉੱਥੇ ਸੱਚੀ ਉਹ ਸਾਲੀ ਆ ਗਈ
ਇਹ ਤੂੰ ਕਿਸ ਸੰਦਰਭ ਚ ਕਿਹਾ? ਜਦੋਂ ਉਹ ਗਾਣੇ ਚ ਇਦਾਂ ਅੱਛਾ ਚੱਲ ਵਿਆਹ ਸਾਲੀਏ ਜਦ ਤੱਕ ਨੱਚੇਗੀ ਮੈਂ ਮਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਤਾਂ ਹਿੱਲ ਗਿਆ ਦਿਮਾਗ ਮਤਲਬ ਨਹੀਂ ਉਹ ਹਿੱਲ ਗਿਆ ਨਹੀਂ ਪੁੱਤਰ ਗਾਣਾ ਤੇ ਮੈਂ ਵੀ ਸੁਣਿਆ ਇਹ ਤੂੰ ਪੱਲੋ ਮੈਨੂੰ ਪਾਲੀ ਦੇਖ ਕੇ ਤੇ ਜੀਜਾ ਅੰਦਰੋਂ ਚੇਂਜ ਕਰ ਲਿਆ ਜੀਜੇ ਦਾ ਤਾਂ ਪੱਗ ਸਜਾਈ ਨਾ ਤੁਰਲੇ ਵਾਲੀ ਤੇ ਲੈ ਕੇ ਨਿੱਕਾ ਜਿਹਾ ਬਸ ਬੜਿਆ ਤੂੰ ਉੱਥੇ ਸਾਰੇ ਲਾਉਂਗੇ ਪਕੌੜਾ ਖਾ ਲਓ ਫਿਰ ਦੇਖਾਂਗਾ ਮੈਂ ਉੱਥੇ ਕੀ ਬਣਦਾ ਕਿਉਂ ਜੀ ਉੱਥੇ ਪੈਸਿਆਂ ਦੀ ਕਮੀ ਹੈ ਜੀ ਵੇਟਰ ਨਹੀਂ ਕੀਤੇ ਹੋਣਗੇ ਜੀ ਪੁੱਤਰ ਇੱਕ ਅੱਧਾ ਘੱਟ ਵੀ ਜਾਂਦਾ ਰੱਖਾਂਗੇ ਨਾ ਅਸੀਂ ਇੱਕ ਅਲੱਗ ਵੇਟਰ ਰੱਖਣਾ ਚਾਹੁੰਦੇ ਹਾਂ ਤੈਨੂੰ ਰੱਖਣਾ ਸਿਰਫ ਬੱਚਿਆਂ ਦਾ ਵੇਟਰ ਤੂੰ ਸਿਰਫ ਬੱਚੇ ਬੱਚੇ ਨਾਲ ਜਾਣਾ ਕੈਂਡੀਜ਼ ਦੇ ਦਿੱਤੀਆਂ ਕੁਛ ਕਰਤੀਆਂ ਵਿੱਚ ਇੰਜ ਕਰਕੇ ਨੱਚ ਕੇ ਦਿਖਾ ਦਿੱਤਾ ਹੈਨਾ ਬੱਚਿਆਂ ਦਾ ਮਨ ਤੂੰ ਲਾਉਣਾ ਉੱਥੇ ਠੀਕ ਹੈ ਜੀ ਤੇ ਬਾਅਦ ਚ ਬੱਚੇ ਨੇ ਫਿਰ ਤੇਰਾ ਮਨ ਲਾਉਣਾ ਕਿਉਂਕਿ ਘੱਟੋ ਘੱਟ ਬੱਤੀ ਦੇ ਤੀ ਨਿਆਣੇ ਆਣੇ ਨੇ ਜੋ ਸਾਰਿਆਂ ਨੇ ਮਿਲ ਕੇ ਕੁੱਟੇ ਨੇ ਤੈਨੂੰ ਬਾਲੇ ਸ਼ਰਾਰਤੀ ਨੇ ਹੈ ਬਾਲੇ ਸ਼ਰਾਰਤੀ ਨੇ ਪੁੱਤਰ ਤੈਨੂੰ ਲੱਗਦਾ ਕਿ ਅੱਜ ਕੱਲ੍ਹ ਤਾਂ ਕੋਈ ਨਿਆਣਾ ਆਮ ਆ ਰਿਹਾ ਪ੍ਰੋਡਕਟ ਸਾਰੇ ਅੱਜ ਕੱਲ੍ਹ ਸ਼ਰਾਰਤੀ ਆ ਰਹੇ ਜੀ ਬਹੁਤ ਸ਼ਰਾਰਤੀ ਆ ਰਹੇ ਸਿਰ ਤੁਸੀਂ ਸਾਈਡ ਬਿਜ਼ਨਸ ਕਿਉਂ ਨਹੀਂ ਸਟਾਰਟ ਕਰਦੇ ਨਾਲ ਨਾਲ ਕੋਈ ਸਾਈਡ ਤੇ ਮਤਲਬ ਮੈਂ ਤਾਂ ਨਹੀਂ ਕਰਦਾ ਪੁੱਤਰ ਤੂੰ ਸਾਈਡ ਤੇ ਨਹੀਂ ਹੁੰਦੀ ਹੈਲੋ ਸਰ ਸਾਈਡ ਤੇ ਹੋ ਥੋੜੀ ਜੀ ਹੈਲੋ ਸਰ ਹਾਈ ਸਰ ਮੈਂ ਲੱਗਾ ਤਾੜੀ ਮਾਰਨੀ ਸਤਿ ਸ਼੍ਰੀ ਅਕਾਲ ਹੈਲੋ ਸਰ ਹੈਲੋ ਸਰ ਹੈਲੋ ਜੀ ਹੈਲੋ ਹੈਲੋ ਠੀਕ ਠਾਕ ਜੀ ਪਿੰਡ ਪਾਇਆ ਵੀ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹੋਰ ਕਿੱਦਾਂ ਜੀ ਠੀਕ ਠਾਕ ਜੀ ਵਧੀਆ ਸਰ ਸਪਰਿੰਗ ਢਿੱਲਾ ਲਾਇਆ ਜੀ ਹੋ ਸਕਦਾ ਪੁੱਤਰ ਮੜਕਾ ਹਿੱਲਿਆ ਹੁੰਦਾ ਕਈ ਵਾਰੀ ਧੋਣ ਦਾ ਤੈਨੂੰ ਆ ਕੇ ਪਹਿਲੇ ਮੈਡੀਕਲ ਦਿਖਾਵੇ ਬਕਵਾਸ ਕਰਨ ਦੇ ਪੈ ਪੁੱਛ ਲੈਂਦੇ ਕੌਣ ਸਰ ਮੈਨੂੰ ਲੱਗਦਾ ਮੈਂ ਸੇਲਸਮੈਨ ਦੇ ਘਰ ਆ ਗਿਆ ਸੇਲਸਮੈਨ ਦੇ ਘਰ ਆ ਗਿਆ ਹਾਂਜੀ ਹਾਂਜੀ ਨਹੀਂ ਨਹੀਂ ਸਰ ਇਹ ਠਾਣਾ ਦਾ ਨਹੀਂ ਨਹੀਂ ਆ ਦੇਖੋ ਕਿੱਦਾਂ ਦੇ ਪ੍ਰੋਡਕਟ ਰੱਖੇ ਤੁਸੀਂ ਆ ਦੇਖੋ ਆ ਦੇਖੋ ਨਹੀਂ ਨਹੀਂ ਜੀ ਮੈਂ ਤੁਸੀਂ ਮੇਰੀ ਗੱਲ ਨਹੀਂ ਸਮਝੇ ਸਰ ਇਹ ਠਾਣਾ ਹੈਗਾ ਆਂਦੇ ਬੰਦੇ ਦੇ ਸਮਾਨ ਨੂੰ ਹੱਥ ਪਾ ਲਿਆ ਤੂੰ ਸਮਾਨ ਮੇਰਾ ਵਿਆਹ ਨਾ ਉੱਥੇ ਕਿਹੜਾ ਪੁੱਤਰ ਕੋਈ ਗੱਲ ਨਹੀਂ ਐਸੀ ਕਦੀ ਜ਼ਿੰਦਗੀ ਚ ਥੋੜੀ ਜਿਹੀ ਮਿਹਨਤ ਵੱਧ ਕਰ ਲਓ ਚਲੋ ਕਰ ਲਾਂਗੇ ਅੱਛਾ ਹਾਂਜੀ ਸਰ ਕੀ ਤੁਹਾਡਾ ਨਾਮ ਮੇਰਾ ਨਾਮ ਗੌਰਵ ਹੈ ਜੀ ਅੱਛਾ ਅੱਛਾ ਹਾਂਜੀ ਗੌਰਵ ਤੁਹਾਨੂੰ ਇਸ ਗੱਲ ਦਾ ਜਮਾ ਗੌਰਵ ਨਹੀਂ ਹੁੰਦਾ ਹੋਣਾ ਕਿ ਤੁਹਾਡੀ ਧੋਣ ਹਰ ਵੇਲੇ ਹਿਲਦੀ ਰਹਿੰਦੀ ਬਸ ਜੀ ਇੱਕ ਵਾਰ ਤੁਸੀਂ ਕੀ ਗਾਣੇ ਸੁਣਦੇ ਪੈਦਾ ਹੋਏ ਨਹੀਂ ਨਹੀਂ ਜੀ ਇਹ ਨਾ ਭੰਨੀ ਸੀ ਕਿਸੇ ਮੇਰਾ ਮਤਲਬ ਪ੍ਰੋਡਕਟ ਵਧੀਆ ਸੀ ਨਾ ਅੱਛਾ ਅੱਛਾ ਥੋੜਾ ਜਿਹਾ ਹੋ ਗਿਆ ਨਾ ਲਾਈਫ ਦੇ ਵਿੱਚ ਕੋਈ ਨਹੀਂ ਤੁਸੀਂ ਘਬਰਾਉਣਾ ਨਹੀਂ ਜਿਸ ਦਿਨ ਤੁਹਾਡਾ ਦਿਲ ਕਰੇ ਹਾਂਜੀ ਤੇ ਮੈਂ ਇੱਕ ਬੰਦੇ ਨੂੰ ਜਾਣਦਾ ਸਿੱਧੀ ਕਰ ਦਿੰਦਾ ਧੋਣ ਆਰਾਮ ਨਾਲ ਕੋਈ ਐਸੀ ਗੱਲ ਤਾਂ ਮੇਰੇ ਕੋਲ ਹੈਗੇ ਬੰਨ ਕੇ ਰੱਖਿਆ ਕਰੋ ਧੋਣ ਮਤਲਬ ਨਿਕਲਣਾ ਤਾਂ ਮੈਂ ਵੀ ਜਾਗਾ ਜੀ ਹਾਂ ਧੋਣ ਉਹ ਇੱਕ ਉਹ ਵੀ ਪੱਟਾ ਜਿਹਾ ਵੀ ਆਉਂਦਾ ਇਦਾਂ ਹਾਂ ਉਹ ਬੰਨ ਕੇ ਰੱਖੋ ਧੋਣ ਨੂੰ ਥੋੜਾ ਜਿਹਾ ਉਦੋਂ ਸਟਿਲ ਰੱਖਦਾ ਨਹੀਂ ਉਹ ਸਾਡੀ ਕੁੱਤੇ ਦੀ ਭੰਨ ਗਿਆ ਸੀ ਕੋਈ ਉਹਦੀ ਉਹਦੇ ਲਾਤਾ ਦਿੱਤਾ ਸੀ ਮੈਨੂੰ ਗਿਫਟ ਕੀਤਾ ਸੀ ਕਿਸੇ ਵਾਰ ਅਮਰੀਕਾ ਤੋਂ ਆਇਆ ਪਿਆਰ ਦੇਖੋ ਹਾਂਜੀ ਸਰ ਮਤਲਬ ਇਹਨੂੰ ਕਹਿੰਦੇ ਐਨੀਮਲ ਲਵਰਸ ਸਰ ਨਹੀਂ ਕੁੱਤਾ ਮਾਲਕ ਹੋਣਾ ਉਹਨੇ ਵਾਪਸ ਮੰਗ ਲਿਆ ਹੋਣਾ ਇਹ ਕਿਦਾਂ ਇਹ ਸੱਚੀ ਗੱਲ ਨਹੀਂ 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 ਜੀ ਮੈਂ ਉਹਨੂੰ ਦਿੱਤਾ ਹੋਇਆ ਪਿਆਰ ਹੈ ਜੀ ਐਨੀਮਲਸ ਨਾਲ ਪਿਆਰ ਹੈ ਅੱਛਾ ਐਨੀਮਲਸ ਦੇਖੋ ਬੰਦਾ ਆਪ ਤਕਲੀਫ ਚ ਹੈ ਹਾਂਜੀ ਸਰ ਤੇ ਫੇਰ ਵੀ ਉਹ ਬੰਦੇ ਨੇ ਆਪਣਾ ਜਿਹੜਾ ਪੱਟਾ ਹੈ ਹਾਂਜੀ ਹਾਂਜੀ ਉਹਨੂੰ ਦੇਤਾ ਤੇ ਕਮੇਟੀ ਘਰ ਵਾਲਿਆਂ ਨੂੰ ਫਿਰ ਭਲੇਖਾ ਤੇ ਲੈਂਦਾ ਤੁਹਾਨੂੰ ਤੇ ਚੁੱਕ ਕੇ ਲੈ ਕੇ ਦੋ ਤਿੰਨ ਵਾਰੀ ਨਹੀਂ 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 ਮੈਂ ਕਿਹਾ ਸ਼ਾਇਦ ਆਪਣਾ ਪੱਟਾ ਤੁਸੀਂ ਉਹਨੂੰ ਦੇਤਾ ਤੇ ਉਹਨੂੰ ਲੱਗਾ ਕੁੱਤਾ ਖੁੱਲ੍ਹਾ ਜਿੱਦ ਐਨੀਮਲ ਬਹੁਤ ਹੀ ਜੀ ਵਫਾਦਾਰ ਹੁੰਦੇ ਨੇ ਆਹਾ ਬਹੁਤ ਵਫਾਦਾਰ ਹੁੰਦੇ ਇਸ ਕਰਕੇ ਜੇ ਅਸੀਂ ਉਹਨਾਂ ਤੁਹਾਡਾ ਕਹਿਣ ਦਾ ਮਤਲਬ ਤੁਸੀਂ ਸਟਾਇਰ ਮਾਰ ਰਹੇ ਹੋ ਕਿ ਜਾਨਵਰ ਵਫਾਦਾਰ ਹੁੰਦਾ ਤੇ ਬੰਦਾ ਨਹੀਂ ਬਿਲਕੁਲ ਜੀ ਅੱਛਾ ਤੇ ਇਹ ਬੰਦੇ ਵੱਲ ਤੁਹਾਡਾ ਧਿਆਨ ਕਿਹਦੇ ਵੱਲ ਹੈ ਕਿ ਮਤਲਬ ਤੁਸੀਂ ਸਿਰਫ ਕਿਸੇ ਨੂੰ ਦੱਸਣਾ ਚਾਹੁੰਦੇ ਨਹੀਂ ਜੀ ਮੈਂ ਕਿਸੇ ਨੂੰ ਨਹੀਂ ਦੱਸਣਾ ਚਾਹੁੰਦਾ ਬਸ ਮੈਂ ਇਹ ਦੱਸਣਾ ਚਾਹੁੰਦਾ ਕਿ ਜਾਨਵਰ ਹਮੇਸ਼ਾ ਵਫਾਦਾਰ ਹੁੰਦਾ ਵਾਹ ਵਾਹ ਬੜੀ ਅੱਛੀ ਗੱਲ ਕੀਤੀ ਸਰ ਇਸ ਵਾਰੀ ਆਉਂਦੀ 15 ਅਗਸਤ ਨੂੰ ਤੁਹਾਡੇ ਚਪੇੜਾ ਪੱਕੀਆਂ ਮੈਂ ਗੌਰਵ ਆ ਜੀ ਸੇਲਸਮੈਨ ਪੁੱਤਰ ਬਿਜੀ ਬੜਾ ਮੈਂ ਗਿਆ ਉੱਥੇ ਕੱਲ ਆਹੋ ਮੈਂ ਗਿਆ ਕਿਤੇ ਕੱਲ ਜਿਹੜਾ ਛੋਟਾ ਜਿਹਾ ਆ ਖੜਾ ਕਤੂਰਾ ਮਤਲਬ ਮੈਂ ਹਾਂਜੀ 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 ਉਹ ਪੁੱਤਰ ਹਾਈਲਾਈਟ ਕਰਨਾ ਜ਼ਰੂਰੀ ਸੀ
ਕਦੀ ਜ਼ਿੰਦਗੀ ਚ ਸੁਣਿਆ ਨੀ ਮਾਂ ਪਿਓ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਤੇ ਘਿਓ ਤੇ ਤੈਨੂੰ ਸਾਰੀ ਜ਼ਿੰਦਗੀ ਨੀ ਨਸੀਬ ਹੋਇਆ ਹੁਣ ਹੀ ਖਾਲਾ ਥੋੜਾ ਜਿਹਾ ਫਿਰ ਸਾਰਿਆਂ ਸਾਹਮਣੇ ਤੇ ਨਾ ਕੱਢਣ ਜੀ ਵਾਹ ਵਾਹ ਸਾਰਿਆਂ ਸਾਹਮਣੇ ਹੁਣ ਤੈਨੂੰ ਗਾਲ ਕੱਢਣ ਵਾਸਤੇ ਵੀ ਬਿਲਕੁਲ ਸਹੀ ਗੱਲ ਹੈ ਔਰ ਨਾਲੇ ਤੂੰ ਕਹਿੰਦਾ ਕਿ ਤੈਨੂੰ ਸਾਰੇ ਸਾਹਮਣੇ ਨਾ ਕਰਨ ਤੇਰੀ ਕੱਲੇ ਦੀ ਬੇਇੱਜ਼ਤੀ ਕਰਨ ਵਾਸਤੇ ਤੈਨੂੰ ਵੀਜ਼ਾ ਲਵਾ ਦੇਣ ਵਾਹ 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 ਸਤਿ ਸ੍ਰੀ ਅਕਾਲ ਆਂਟੀ ਜੀ ਕੀ ਹਾਲ ਚਾਲ ਜੀ ਰਾਤੀ ਸਾਡੇ ਨਾਲ ਗੱਲ ਸ਼ੇਅਰ ਕੀਤੀ ਵੀ ਮੈਂ 10 ਸਾਲ ਦਾ ਸੀ ਜਦੋਂ ਮੇਰੇ ਮਾਤਾ ਮੈਨੂੰ ਛੱਡ ਕੇ ਚਲੀ ਗਈ ਫਿਰ ਆਪਣਾ ਬਹੁਤ ਤਰੀਫ ਕੀਤੀ ਵੀ ਸਾਡਾ ਆਪਣਾ ਪਰਿਵਾਰ ਆਪਾਂ ਇੱਕੋ ਬਣ ਗਏ ਸਾਡੀ ਮਾਤਾ ਵੀ ਵਿੱਚ ਹੈਗੀ ਹੈ ਸਾਡੇ ਭਰਾ ਵੀ ਨੇ ਸਾਡੀ ਭੈਣ ਵੀ ਤੇ ਮੈਂ ਨਾ ਪਾਲੀ ਪਹਿਲਾਂ ਉਹਦੇ ਗੱਲ ਤੇ ਸੁਣੀ ਮੇਰਾ ਜੀ ਕਰੇ ਮੈਂ ਦੁਬਾਰਾ ਕਾਲ ਕਰਾਂ ਵੀ ਪੁੱਤਰਾ ਕੋਈ ਗੱਲ ਨੀ ਆਪਾਂ ਕੁਛ ਕਰ ਨਹੀਂ ਸਕਦੇ ਡਾਡੇ ਅੱਗੇ ਜ਼ੋਰ ਵੀ ਕੋਈ ਗੱਲ ਨੀ ਮੈਂ ਤੇਰਾ ਦੁੱਖ ਮੰਨ ਲਿਆ ਵੀ ਤੇਰੀ ਮਾਂ ਨੀ ਹੈਗੀ ਤੂੰ ਮੈਨੂੰ ਮਾਂ ਮੰਨ ਸਕਦਾ ਪੁੱਤ ਵੇ ਮੈਂ ਤੇ ਆਪ ਮੈਂ ਤੇ ਨੀ ਪਰਮਾਤਮਾ ਕਿਸੇ ਦੀ ਮਾਂ ਨਾ ਜਾਵੇ ਦੁਨੀਆਂ ਤੋਂ ਨਾ ਕਿਸੇ ਦਾ ਜਵਾਨ ਪੁੱਤ ਨਾ ਕਿਸੇ ਦਾ ਪਿਓ ਦਾ ਸਾਇਆ ਕਿਸੇ ਜਾਵੇ ਬਿਲਕੁਲ ਜੀ ਬਿਲਕੁਲ 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 ਅਸੀਂ ਆਪ ਹੀ ਇਹੀ ਕਹਿੰਦੇ ਕਿ ਸਾਰੇ ਪਰਿਵਾਰ ਮਾਤਾ ਖੁਸ਼ ਰਹਿਣੇ ਚਾਹੀਦੇ ਆ ਪਰਿਵਾਰ ਆਪਸ ਮਿਲ ਜੁਲ ਕੇ ਰਹਿਣੇ ਚਾਹੀਦੇ ਆ ਮੰਨ ਲਿਆ ਵਿੱਚ ਮੈਂ ਤਾਂ ਉਹਨੂੰ ਵੀ ਤੁਹਾਡੇ ਨਾਲ ਹੀ ਮੇਰਾ ਪੁੱਤਾਂ ਵਰਗਾ ਨਹੀਂ ਬਿਲਕੁਲ ਤੁਹਾਡਾ ਅਸੀਂ ਸਾਰੇ ਤੁਹਾਡੇ ਪੁੱਤਰ ਆ ਤੇ ਇੱਕ ਧੀ ਹੈ ਤੁਹਾਡੀ ਕੋਈ ਗੱਲ ਹੀ ਨਹੀਂ ਅਸੀਂ ਘੱਟੋ ਘੱਟ ਨੂੰ ਤੁਹਾਡੇ 3.5 ਪੁੱਤਰ ਤੇ ਬਣ ਹੀ ਗਏ ਆ ਇੱਕ ਮੈਂ ਗੌਰਵ ਜੀ ਹੈਰੀ ਤੇ ਆ ਅੱਧਾ ਏ ਪਾਲੀ ਮੈਨੂੰ ਬਹੁਤ ਮੇਰੇ ਦਿਲ ਨੂੰ ਇੱਕਦਮ ਮੈਨੂੰ ਸੁੱਖ ਦੀ ਯਾਦ ਆ ਗਈ ਮੈਂ ਜੀ ਜੀ ਮੈਂ ਸਮਝ ਸਕਦਾ ਮਾਤਾ ਜੀ ਤੁਹਾਡੇ ਹਾਲਾਤ ਮੈਂ ਸਮਝ ਸਕਦਾ ਜੀ ਪਰ ਕੋਈ ਨਹੀਂ ਤੁਸੀਂ ਆਪਣਾ ਹੌਸਲਾ ਰੱਖੋ ਮੈਂ ਇੱਕੋ ਗੱਲ ਹਮੇਸ਼ਾ ਤੁਹਾਨੂੰ ਕਹਿੰਦਾ ਹੁੰਦਾ ਕਿ ਹਾਲਾਤ ਔਰ ਜਿਹੜੀਆਂ ਸਿਚੁਏਸ਼ਨਾਂ ਹੁੰਦੀਆਂ ਇਹ ਬੰਦੇ 'ਤੇ ਆਉਂਦੀਆਂ ਜ਼ਰੂਰ ਹੈ ਲੇਕਿਨ ਇੰਪੋਰਟੈਂਟ ਕੀ ਹੁੰਦਾ ਕਿ ਤੁਸੀਂ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਸਿਚੁਏਸ਼ਨਸ ਦੇ ਵਿੱਚ ਆਪਣੇ ਆਪ ਨੂੰ ਦਿਲ ਸਖਤ ਕਰਕੇ ਔਰ ਦਿਲ 'ਤੇ ਪੱਥਰ ਰੱਖ ਕੇ ਉਹਨਾਂ ਹਾਲਾਤਾਂ 'ਚ ਸਿਚੁਏਸ਼ਨਾਂ 'ਚੋਂ ਕਿੱਦਾਂ ਨਿਕਲਣਾ ਕਿਉਂਕਿ ਦੋ ਹੀ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਹਾਲਾਤਾਂ ਨੂੰ ਆਪਣੇ ਉੱਤੇ ਸੁੱਟ ਲਓ ਅਤੇ ਜਾਂ ਤਾਂ ਫਿਰ ਹਾਲਾਤਾਂ ਸਾਹਮਣੇ ਡੱਟ ਕੇ ਖੜ੍ਹੇ ਹੋ ਜਾਓ ਕਿ ਆ ਜਾ ਫਿਰ ਤੂੰ ਵੀ ਦੇਖੀ ਜਾਂਦਾ ਕਿ ਅਸੀਂ ਸਾਡੇ ਦੋਨਾਂ 'ਚ ਕੌਣ ਸਟਰੋਂਗ ਆ ਦੁੱਖ ਬੜਾ ਵੱਡਾ ਹੁੰਦਾ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਲੇਕਿਨ ਅਲਟੀਮੇਟਲੀ ਆ ਕੇ ਤੁਹਾਨੂੰ ਉਹ ਜਰਨੀਆਂ ਪੈਂਦੀਆਂ ਉਹ ਸਹਿਣੀਆਂ ਪੈਂਦੀਆਂ ਸੋ ਉਹਦੇ ਲਈ ਮੈਂ ਹਮੇਸ਼ਾ ਮਾਤਾ ਜੀ ਤੁਹਾਨੂੰ ਕਹਿੰਦਾ ਕਿ ਹੌਸਲਾ ਰੱਖਿਆ ਕਰੋ ਅਸੀਂ ਬਾਕੀ ਤੁਹਾਡੇ ਨਾਲ ਹਾਂ ਤੁਹਾਡੇ ਬੱਚੇ ਹਾਂ ਅਸੀਂ ਜਦੋਂ ਤੁਹਾਡਾ ਦਿਲ ਕਰਦਾ ਸਾਨੂੰ ਫੋਨ ਕਰ ਲਿਆ ਕਰੋ ਕੋਈ ਗੱਲ ਨਹੀਂ ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਗਦੇ ਨਾ ਗੱਲ ਮੇਰੇ ਵਸਦੀ ਰਹੇ ਨਾ ਗੱਲ ਮੇਰੇ ਵਸਦੀ ਰਹੇ ਇਹ ਪੁੱਤਰ ਮੈਂ ਥੋੜ੍ਹੀ ਥੋੜ੍ਹੀ ਪ੍ਰੈਕਟਿਸ ਵੀ ਕਰਨਾ ਮੇਰੇ ਸਾਲੇ ਦਾ ਵਿਆਹ ਫਿਰ ਵਿਆਹ ਚੇਤਾ ਆ ਗਿਆ ਜਦੋਂ ਵਿਆਹ ਚੇਤਾ ਆਉਂਦਾ ਨਾ ਪੁੱਤਰ ਪਿੱਛੇ ਜਿੰਨਾ ਖਰਚਾ ਹੋਇਆ ਮੈਨੂੰ ਸਾਰਾ ਚੇਤਾ ਆਉਂਦਾ ਜਿੱਦਾਂ ਤੁਸੀਂ ਦੇਖੋ ਕਿ ਕਿਸੇ ਬਿਮਾਰ ਚੜੇਲ ਨਾਲ ਲੰਬੇ ਵਾਲ ਹੈ ਤੁਹਾਡੇ
ਕਿੰਨਾ ਦੇ ਜੀ ਤੁਹਾਡੇ ਜਿਸ ਤਰ੍ਹਾਂ ਤੁਸੀਂ ਏਡੇ ਲੰਬੇ ਬਾਲ ਰੱਖੇ ਨੇ ਗੌਰਵ ਜੀ ਆਏ ਨੇ ਗੌਰਵ ਜੀ ਨੇ ਫਿਲਹਾਲ ਸਾਨੂੰ ਇੱਕ ਪ੍ਰੋਡਕਟ ਦਿਖਾਇਆ ਹੈ ਕੋਈ ਉਹਦਾ ਉਂਗਲਾਂ ਦੀ ਮਸਾਜ ਦਾ ਪ੍ਰੋਡਕਟ ਹੈ ਕਿਉਂਕਿ ਜੀ ਉਂਗਲਾਂ ਵਰਕ ਕਰਦੀਆਂ ਨਾ ਇਹ ਇਫੈਕਟ ਵੀ ਉਂਗਲਾਂ ਤੇ ਕਰੇਗਾ ਓਕੇ ਓਕੇ ਹਾਂਜੀ ਹੋਰ ਕੀ ਹੈ ਤੁਹਾਡੇ ਕੋਲ ਸਾਡੇ ਕੋਲ ਬਹੁਤ ਸਾਰੇ ਸਸਤੇ ਪ੍ਰੋਡਕਟ ਤੂੰ ਨਾ ਕਰ ਉਂਗਲਾਂ ਤੇਰਾ ਜਿਹੜਾ ਇੱਕੋ ਕੰਮ ਹੈ ਉਂਗਲਾਂ ਨਾਲ ਉਹ ਕਰਿਆ ਕਰ ਲੋਕਾਂ ਦੀਆਂ ਜੇਬਾਂ ਕੱਟਣੀਆਂ ਇਹ ਸਰ ਇਹ ਮੇਰੇ ਘਰ ਵਾਲੀ ਦਾ ਫੋਨ ਆ ਗਿਆ ਭੜੇਕੇ ਨਾਲ ਮੈਨੂੰ ਲੱਗਦਾ ਅੱਛਾ ਮੈਨੂੰ ਲੱਗਾ ਕੋਈ ਪ੍ਰੋਡਕਟ ਹੈ ਨਹੀਂ 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 ਸੋਰੀ ਸੋਰੀ ਅੱਛਾ ਅੱਛਾ ਘਰ ਵਾਲੀ ਦਾ ਫੋਨ ਤੁਸੀਂ ਲੈ ਆਂਦਾ ਆਹ ਦੇਖੋ ਜੀ ਇਹ ਕੀ ਹੈ ਸਰ ਇਹ ਇਹਦਾ ਇਹ ਇਹਦਾ ਕੀ ਯੂਜ਼ ਕਰਨ ਦਾ ਸਪੈਸ਼ਲ ਇਹ ਹੈ ਕਿ ਮੂੰਹ ਨਾਲ ਆਵਾਜ਼ ਵੀ ਕਰਨੀ ਹਾਂ ਇਹ ਸਰ ਇਹਦੇ ਨਾ ਦੰਦੇ ਘਸ ਗਏ ਹੋਏ ਆ ਤੇ ਇਹਦੇ ਦੰਦੇ ਮੂੰਹ ਨਾਲ ਕਰ ਸਕਦੇ ਹੋ ਨਜ਼ਾਰਾ ਇਸੇ ਗੱਲ ਦਾ ਕਿ ਕਰ ਕਰ ਜਿਹੜੀ ਆ ਉਹ ਕਰ ਕਰ ਪਤਾ ਲੱਗਦੀ ਉਹਦੇ ਨਾਲ ਮੂੰਹ ਦੀ ਪ੍ਰੈਕਟਿਸ ਹੁੰਦੀ ਹੋਣੀ ਤੇ ਇਹਦਾ ਕੋਈ ਕੰਮ ਨਹੀਂ ਵਿੱਚ ਇਹ ਵੈਸੇ ਬਣਾਇਆ ਸਰਕਾਰ ਨੇ ਨਹੀਂ ਨਹੀਂ ਕੰਮ ਹੈ ਇਹਦਾ ਕੀ ਕੰਮ ਹੈ ਕੀ ਪ੍ਰੋਡਕਟ ਦਾ ਨਾਂ ਕੀ ਇਹਦਾ ਜੀ ਹਾਂ ਦੱਸੋ ਜੀ ਇੱਧਰ ਇਹਦਾ ਨਾਂ ਆਰੀ ਇੱਧਰ ਹਬੀਬ ਸਾਹਿਬ ਨੂੰ ਦੱਸੋ ਮੜਾ ਇਹਦਾ ਨਾਂ ਆਰੀ 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 ਜਿੱਦਾਂ ਹੁੰਦਾ ਨੀ ਆਰੀ ਆਹਰੀ ਆਰੀ 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 ਅੱਗੇ ਬਣਾਓ ਆਰੀ 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 ਹੜੀਪਾ ਆਰੀ 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 ਹੜੀਪਾ ਆਰੀ 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 ਕੱਲ ਮੈਨੂੰ ਮੁੰਡੇ ਚ ਟੱਕਰਿਆ ਓਏ ਹੋਏ ਕੱਲ ਮੈਨੂੰ ਮੁੰਡੇ ਚ ਟੱਕਰਿਆ ਟੱਕਰ ਗਿਆ ਸੀ ਤਾਰੀ ਤਾਰੀ ਸਰ ਮੇਰੀ ਗਈ ਐ ਲੱਗਦਾ ਮਤ ਮਾਰੀ ਆਰੀ ਇਹਨਾਂ ਦੇ ਘਰ ਦੀ ਗੱਲ ਦੱਸਾਂ ਜੀ ਪੁੱਤਰ ਟਾਈਮ ਨਾ ਕੱਢ ਕੇ ਨਾ ਅੱਜ ਥੋੜਾ ਜਿਹਾ ਹਾਂਜੀ ਸਰ ਚਾਰ ਪੰਜ ਬੱਕਰੀਆਂ ਜ਼ਰੂਰ ਚਾਰੀ ਇਹਨਾਂ ਦੇ ਘਰ ਦੀ ਗੱਲ ਦੱਸਾਂ ਜੀ ਇਹਨਾਂ ਦੇ ਘਰ ਦੀ ਗੱਲ ਤੈਨੂੰ ਕਿੱਦਾਂ ਪਤਾ ਇਹਨਾਂ ਦੇ ਘਰ ਦੀ ਗੱਲ ਮੈਨੂੰ ਪਤਾ ਹਾਂ ਉੱਥੇ ਗਵਾਂਡ ਇੱਥੇ ਤਾਂ ਰਹਿੰਦੇ ਜੀ ਦੱਸ ਗਵਾਂਡ 'ਚ ਬਰਿਆਨੀ ਬਣੀ ਜੀ ਅੱਛਾ ਗਵਾਂਡ 'ਚ ਬਰਿਆਨੀ ਇਹਨਾਂ ਦੇ ਅੱਛਾ ਤੇ ਇਹਨਾਂ ਦੇ ਸਾਰੇ ਟੱਬਰ ਨੇ ਲਾਰਾ ਸੱਟ ਸੱਟ ਕੇ ਪਾਣੀ ਮੁਕਾ ਲਿਆ ਸਰੀਰ ਦਾ ਜੀ ਬਿਰਿਆਨੀ ਵਾਲੀਆਂ ਹੱਡੀਆਂ ਖਾ ਕੇ ਰੱਖ ਲੈਂਦੀਆਂ ਅੱਗੋ ਕੁੱਤਾ ਆਵੇ ਤੇ ਉਹਦੇ ਨਾਲ ਵੀ ਲੜ ਪੈਂਦੀਆਂ ਤੈਨੂੰ ਕੀ ਆਵੇ ਬੇਵਕੂਫ ਅਸੀਂ ਇਹਨਾਂ ਨਾਲ ਕੱਲ ਨੂੰ ਟੂਣਾ ਕਰਨਾ